ਅੱਜ ਦੇ ਜਵਾਕਾਂ ਨੂੰ ਜੇ ਤੁਸੀਂ ਪੁੱਛ ਲਓ ਤਾਂ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਸਾਡਾ ਚਾਚਾ ਗਾ, ਮਾਮਾ ਗਾ ਕਿ ਤਾਇਆ ਗਾ। ਹਰੇਕ ਬੰਦੇ ਨੂੰ ਅਸੀਂ ਅੰਕਲ ਬਣਾਈ ਬੈਠੇ ਹਾਂ, ਅਤੇ ਵੱਡਾ ਡੈਡੀ, ਛੋਟਾ ਡੈਡੀ, ਛੋਟੀ ਮੰਮੀ, ਵੱਡੀ ਮੰਮੀ, ਪਤਾ ਨਹੀਂ ਮਤਲਬ ਕਿ ਜਿਹੜਾ ਸਾਡੇ ਰਿਸ਼ਤਿਆਂ ਦੀ ਪਛਾਣ ਅਸੀਂ ਬੱਚਿਆਂ ਨੂੰ ਦਿੰਦੇ ਹੀ ਨਹੀਂ ਹੈਗੇ। ਜਦੋਂ ਵੀ ਅਸੀਂ ਦੇਖਦੇ ਹਾਂ ਤਾਂ ਅੱਜ ਕੱਲ੍ਹ ਦੇ ਜਿਹੜੇ ਛੋਟੇ, ਬਿਲਕੁਲ ਬਹੁਤ ਛੋਟੇ ਬੱਚੇ ਨੇ, ਹੈ ਨਾ, ਅਤੇ ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਮੇਰਾ ਚਾਚਾ ਲੱਗਦਾ, ਮਾਮਾ ਲੱਗਦਾ ਕਿ ਮੇਰੀ ਭੂਆ ਲੱਗਦੀ ਆ। ਉਹ ਸਾਰੇ ਅੰਕਲ ਅਤੇ ਸਾਰੀਆਂ ਆਂਟੀਆਂ ਬਣ ਚੁੱਕੀਆਂ ਨੇ। ਗੱਲ ਅਸੀਂ ਕਰਦੇ ਹਾਂ ਵੀ ਸਾਡੀਆਂ ਸਰਦਾਰੀਆਂ, ਅਸੀਂ ਪੰਜਾਬੀ ਹੁੰਦੇ ਹਾਂ, ਅਸੀਂ ਇਹ ਹੁੰਦੇ ਹਾਂ, ਪਰ ਅਸੀਂ ਬਚਾਉਣ ਲਈ ਕੁਛ ਨਹੀਂ ਕਰਦੇ। ਜੇ ਬੱਚਾ ਤੁਹਾਨੂੰ ਆ ਕੇ ਕੋਈ, ਜਾਂ ਤੁਸੀਂ ਆਸ ਪੜੋਸ 'ਚ ਦੇਖਦੇ ਹੋ ਵੀ ਉਹ ਕਹਿ ਰਿਹਾ ਗਾ ਵੱਡਾ ਮੰਮੀ, ਵੱਡੀ ਮੰਮੀ, ਵੱਡਾ ਡੈਡੀ, ਤਾਂ ਸਾਨੂੰ ਉਹਨੂੰ ਟੋਕਣਾ ਚਾਹੀਦਾ ਵੀ ਆਪਦੇ ਮੰਮੀ ਡੈਡੀ ਨੂੰ ਮੰਮੀ ਡੈਡੀ ਆਖੋ। ਮਤਲਬ ਇੰਨੇ ਤੁਸੀਂ ਸਾਰੇ ਉਹਨਾਂ ਨੂੰ ਦੱਸ ਰੱਖਿਆ ਵੀ ਚਾਚੇ ਨੂੰ ਚਾਚੀ, ਚਾਚੇ ਨੂੰ ਚਾਚਾ ਅਤੇ ਚਾਚੀ ਨੂੰ ਚਾਚੀ ਹੀ ਕਹੋ, ਤਾਏ ਨੂੰ ਤਾਇਆ ਜੀ ਕਹਿ ਕੇ ਬੁਲਾਓ, ਹੈ ਨਾ। ਅਤੇ ਪਰ ਨਹੀਂ, ਅਸੀਂ ਇਹ ਸਿਖਾ ਰੱਖਿਆ ਵੀ ਇਹ ਵੱਡਾ ਡੈਡੀ ਆ, ਵੱਡੀ ਮੰਮੀ ਆ। ਬਹੁਤ ਫਰਕ ਪੈ ਰਿਹਾ, ਅਤੇ ਕਿਸੇ ਨੂੰ ਤਾਂ ਨਹੀਂ ਚਲੋ ਫਰਕ ਪੈਂਦਾ, ਹੈ ਨਾ, ਆਪਾਂ ਵੀ ਗੱਲਾਂ ਹੀ ਕਰਦੇ ਹਾਂ। ਅਤੇ ਪਰ ਆਪਾਂ ਜੇ ਕੋਸ਼ਿਸ਼ ਕਰੀਏ ਤਾਂ ਜਿਹੜੇ ਆਪਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਸੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਹਨੂੰ ਬਚਾ ਸਕਦੇ ਹਾਂ। ਅਤੇ ਬਾਕੀ ਮੰਨਣਾ ਨਾ ਮੰਨਣਾ ਸਭ ਦੀ ਆਪਦੀ ਮਰਜ਼ੀ ਆ, ਜੋ ਆਪਾਂ ਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ ਉਹ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ।